ਚੰਡੀਗੜ੍ਹ 'ਚ ਗ੍ਰੇਨੇਡ ਅਟੈਕ ਕਰਨ ਵਾਲੇ ਮੁੱਖ ਮੁਲਜ਼ਮ ਰੋਹਨ ਮਸੀਹ ਨੂੰ ਪੁਲਿਸ ਦੇ ਵੱਲੋਂ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ। ਦੱਸ ਦਈਏ ਕਿ 7 ਦਿਨ ਦੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦਾ 1 ਦਿਨ ਦਾ ਹੋਰ ਰਿਮਾਂਡ ਲਿਆ ਗਿਆ ਹੈ। ਪੁਲਿਸ ਦੇ ਅਧਿਕਾਰੀਆਂ ਦੇ ਮੁਤਾਬਕ ਰੋਹਨ ਮਸੀਹ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸਨੇ ਕਿਸ ਦੇ ਕਹੇ ਤੋਂ ਇਹ ਗ੍ਰੇਨੇਡ ਅਟੈਕ ਕੀਤਾ ਸੀ ਤੇ ਉਸ ਦਾ ਟਾਰਗੇਟ ਕੌਣ ਸੀ। ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 10 ਦੀ 575 ਨੰਬਰ ਕੋਠੀ ਦੇ ਵਿੱਚ 2 ਮੁਲਜ਼ਮਾਂ ਦੇ ਵੱਲੋਂ ਗ੍ਰੇਨੇਡ ਅਟੈਕ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭਾਰੀ ਮਸ਼ਕਤ ਤੋਂ ਬਾਅਦ ਪੁਲਿਸ ਦੇ ਵੱਲੋਂ ਰੋਹਨ ਮਸੀਹ ਅਤੇ ਉਸਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਰੋਹਨ ਮਸੀਹ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸਨੂੰ ਗ੍ਰੇਨੇਡ ਕਿਸਨੇ ਦਿੱਤਾ, ਕਿਸਨੇ ਮੁਹੱਈਆ ਕਰਵਾਇਆ, ਕਿੰਨੇ ਪੈਸੇ ਉਸਨੂੰ ਮਿਲੇ ਇਸ ਦੇ ਲਈ। ਹਾਲਾਂਕਿ ਪਹਿਲਾਂ ਪੁੱਛਗਿੱਛ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਉਸਨੂੰ 5 ਲੱਖ ਰੁਪਏ ਦਾ ਔਫਰ ਦਿੱਤਾ ਗਿਆ ਸੀ ਹੈਪੀ ਪਸ਼ੀਆ ਦੇ ਵੱਲੋਂ, ਜੋ ਉਸੇ ਦੇ ਪਿੰਡ ਦਾ ਏ ਅਤੇ US ਬੇਸਡ ਅੱਤਵਾਦੀ ਹੈ ਅਤੇ ਉਸਨੇ ਹਰਵਿੰਦਰ ਸਿੰਘ ਰਿੰਦਾ ਜੋ ਪਾਕਿਸਤਾਨ ਦੇ ਵਿੱਚ ਬੈਠਾ ਹੈ ਉਸਨੇ ISI ਦੇ ਇਸ਼ਾਰੇ 'ਤੇ ਹੈਪੀ ਪਸ਼ੀਆ ਨਾਲ ਸੰਪਰਕ ਕੀਤਾ ਅਤੇ ਹੈਪੀ ਪਸ਼ੀਆ ਨੇ ਰੋਹਨ ਮਸੀਹ ਦੇ ਨਾਲ ਅਤੇ ਰੋਹਨ ਮਸੀਹ ਨੇ ਇਹ ਗ੍ਰੇਨੇਡ ਅਟੈਕ ਕੀਤਾ ਅਤੇ ਰੋਹਨ ਮਸੀਹ ਨੂੰ ਇਸ ਦੇ ਲਈ 5 ਲੱਖ ਰੁਪਏ ਦੀ ਔਫਰ ਹੋਈ ਸੀ ਅਤੇ ਕੁਝ ਪੈਸੇ ਪਹਿਲਾਂ ਦਿੱਤੇ ਵੀ ਗਏ ਸੀ। ਇਨਵੈਸਟੀਗੇਸ਼ਨ ਚੱਲਦੀ ਪਈ ਹੈ ਅਤੇ ਥੋੜ੍ਹਾ ਜਿਹਾ ਤੁਸੀਂ ਵੀ ਕੋਪਰੇਟ ਕਰੋ, ਬਾਕੀ ਤੁਹਾਨੂੰ ਪਤਾ ਚੱਲਦਾ ਜਾਣਾ ਨਾਲ। ਬਿਲਕੁਲ ਹੈਗੇ ਆ ਜੀ, ਉਹੀ ਅਸਰਟਨ ਕਰਦੇ ਪਏ ਹਾਂ ਅਤੇ ਬਸ ਸਾਡਾ ਕੰਮ ਜਾਰੀ ਹੈ ਜੀ। ਇੱਕ ਦਿਨ ਦਾ ਰਿਮਾਂਡ? ਇੱਕ ਦਿਨ ਦਾ ਰਿਮਾਂਡ।